ਸਤਿ ਸ੍ਰੀ ਅਕਾਲ ਦੋਸਤੋ, ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਨੂੰ ਲੈ ਕੇ ਇਸ ਵੇਲੇ ਦੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਿਵੇਂ ਕਿ ਤੁਸੀਂ ਟਾਈਟਲ ਵਿੱਚ ਪੜ੍ਹ ਵੀ ਲਿਆ ਹੋਵੇਗਾ ਕਿ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਜੀ ਹਾਂ ਦੋਸਤੋ, ਹੁਣੇ ਹੁਣੇ ਖ਼ਬਰ ਸਾਹਮਣੇ ਆਈ ਹੈ ਕਿ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਦੋਸਤੋ, ਕੱਲ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਸੀ ਕਿ ਸੁਪਰੀਮ ਕੋਰਟ ਵੱਲੋਂ ਭਾਰਤ ਦੇ ਹਰ ਇੱਕ ਬੋਰਡ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹਨਾਂ ਨੇ 31 ਤਰੀਕ ਤੋਂ ਪਹਿਲਾਂ 12ਵੀਂ ਜਮਾਤ ਦਾ ਨਤੀਜਾ ਹਰ ਹਾਲਤ ਦੇ ਵਿੱਚ ਐਲਾਨਣਾ ਹੈ। ਸੋ ਜਿਸ ਨੂੰ ਲੈ ਕੇ ਭਾਰਤ ਦੇ ਲਗਭਗ ਸਾਰੇ ਸਟੇਟ ਬੋਰਡ ਅਤੇ ਸੈਂਟਰਲ ਬੋਰਡ ਯਾਨੀ CBSE ਵੀ ਇਸ ਵਿੱਚ ਲੱਗਾ ਹੋਇਆ ਹੈ। ਸੋ ਦੋਸਤੋ, ਇਸੇ ਨੂੰ ਲੈ ਕੇ ਹੁਣ ਇਸ ਵੇਲੇ ਦੀ ਅਹਿਮ ਖ਼ਬਰ ਸਾਹਮਣੇ ਆਈ ਹੈ, ਆਓ ਖ਼ਬਰ ਨੂੰ ਪੜ੍ਹਦੇ ਹਾਂ। CBSE ਬੋਰਡ ਵੱਲੋਂ ਅੱਜ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਬੋਰਡ ਦੇ ਲੱਖਾਂ ਵਿਦਿਆਰਥੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਨਤੀਜੇ ਜਾਰੀ ਕੀਤੇ ਜਾਣ ਦੀ ਤਰੀਕ ਅਤੇ ਸਮੇਂ ਦਾ ਐਲਾਨ ਨਹੀਂ ਕੀਤਾ ਹੈ, ਪਰੰਤੂ ਬੋਰਡ ਵੱਲੋਂ ਵੈਬਸਾਈਟ ਦੀ ਲੇਆਊਟ ਵਿੱਚ ਤਬਦੀਲੀ ਤੋਂ ਅੰਦਾਜ਼ਾ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਆਪਣੀ ਵੈਬਸਾਈਟ cbseresult.nic.in ਤੇ cbse.gov.in ਤੇ ਜਾਰੀ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦਾ ਇਹ ਵੀ ਦਾਅਵਾ ਹੈ ਕਿ CBSE 31 ਜੁਲਾਈ ਤੱਕ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਜਾਰੀ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ ਅੱਜ 10ਵੀਂ 12ਵੀਂ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ। ਪੜ੍ਹਾਈ ਵਿੱਚ ਤੁਹਾਨੂੰ ਆਉਂਦੇ ਹਨ ਡਾਊਟ ਤਾਂ 5 ਸੈਕਿੰਡ ਵਿੱਚ ਡਾਊਟ ਨੈਟ ਨਾਲ ਕਰੋ ਇਹਨਾਂ ਨੂੰ ਆਊਟ। ਬਸ ਸਵਾਲ ਦੀ ਫੋਟੋ ਖਿੱਚੋ, ਕ੍ਰੌਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ। ਫਿਰ ਚਾਹੇ ਤੁਹਾਡਾ ਸਵਾਲ ਫਿਜ਼ਿਕ, ਕੈਮਿਸਟਰੀ, ਮੈਥ, ਬਾਇਓਲੋਜੀ ਦਾ ਹੋਵੇ, CBSE UP, ਬਿਹਾਰ, ਮਹਾਰਾਸ਼ਟਰ ਜਾਂ ਫਿਰ ਕਿਸੇ ਵੀ ਸਟੇਟ ਬੋਰਡ ਦਾ ਹੋਵੇ, ਇਥੋਂ ਤੱਕ ਕਿ ਜਮਾਤ 6ਵੀਂ ਤੋਂ 12ਵੀਂ, IIT, JEE ਜਾਂ NEET ਦਾ ਸਵਾਲ ਹੋਵੇ, ਸਾਰੇ ਸਵਾਲਾਂ ਦੇ ਵੀਡੀਓ ਸੋਲੂਸ਼ਨ ਮਿਲਣਗੇ 5 ਸਕਿੰਟ ਤੇ ਤੁਹਾਨੂੰ ਡਾਊਟ ਨੈਟ ਐਪ ਤੇ। ਇਸ ਦੇ ਨਾਲ ਹੀ ਚੱਲ ਰਹੀ ਹੈ ਡਾਊਟ ਨੈਟ ਤੇ ਇੰਡੀਆ ਦੀ No. 1 ਡੇਲੀ ਆਨਲਾਈਨ ਕਲਾਸਿਸ, ਉਹ ਵੀ ਹਿੰਦੀ ਤੇ ਇੰਗਲਿਸ਼ ਮੀਡੀਅਮ ਵਿੱਚ, ਜਿੱਥੇ ਪੂਰਾ ਕੋਰਸ ਪੜ੍ਹਾਇਆ ਜਾ ਰਿਹਾ ਹੈ। ਅੱਜ ਹੀ ਇਹਨਾਂ ਕੋਰਸਾਂ ਦਾ ਹਿੱਸਾ ਬਣੋ ਅਤੇ ਡਾਊਟ ਨੈਟ ਐਪ ਇੰਸਟਾਲ ਕਰੋ। ਦੇਸ਼ ਭਰ ਦੇ 21.5 ਲੱਖ ਤੋਂ ਵੱਧ ਵਿਦਿਆਰਥੀ CBSE ਕਲਾਸ 10ਵੀਂ ਬੋਰਡ ਦੀ ਪ੍ਰੀਖਿਆ 2021 ਦੇ ਨਤੀਜਿਆਂ ਦੀ ਘੋਸ਼ਣਾ ਦਾ ਇੰਤਜ਼ਾਰ ਕਰ ਰਹੇ ਹਨ। CBSE ਨੇ ਪਹਿਲਾਂ ਕਿਹਾ ਸੀ ਕਿ 10ਵੀਂ ਜਮਾਤ ਦੇ ਨਤੀਜੇ ਜੁਲਾਈ ਦੇ 3ਜੇ ਹਫ਼ਤੇ ਤੇ ਜੁਲਾਈ ਦੇ ਅੰਤ ਵਿੱਚ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ। ਹਾਲਾਂਕਿ ਬੋਰਡ ਦੁਆਰਾ ਹਾਲ ਹੀ ਵਿੱਚ ਜਾਰੀ ਇੱਕ ਬਿਆਨ ਅਨੁਸਾਰ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀ ਤਰੀਕਾਂ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਫੈਸਲਾ ਆਉਣ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ। ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਆਪਣੀ ਕਲਾਸ 10ਵੀਂ ਦੀ ਮਾਰਕਸ਼ੀਟ ਨੂੰ ਸਰਕਾਰੀ ਵੈਬਸਾਈਟ cbseresult.nic.in ਤੇ cbse.nic.in, cbse.gov.in, ਡਿਜੀਲੋਕਰ ਵੈਬਸਾਈਟ ਅਤੇ ਐਪ ਰਾਹੀਂ ਡਾਊਨਲੋਡ ਕਰ ਸਕਣਗੇ। ਸੋ ਦੋਸਤੋ, ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਤਾਂ ਇਹੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ CBSE ਅੱਜ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦੇਵੇ। ਫਿਲਹਾਲ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ, ਪਰ ਉਮੀਦ ਹੈ ਵੀ ਅੱਜ ਕਰ ਦੇਵੇ, ਕਿਉਂਕਿ ਉਹਨਾਂ ਨੇ ਆਪਣੀ ਵੈਬਸਾਈਟ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਹਨ, ਜਿਸ ਨੂੰ ਲੈ ਕੇ ਇਹੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਕਿ CBSE ਅੱਜ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦੇਵੇ। ਸੋ ਦੋਸਤੋ, ਇਹ ਸੀ ਇਸ ਵੇਲੇ ਦੀ ਅਹਿਮ ਖ਼ਬਰ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਧੰਨਵਾਦ।